ਜਿਵੇਂ ਕਿ ਆਪਾਂ ਦੇਖ ਰਹੇ ਹਾਂ ਮੋਰਿੰਡਾ ਸ਼ਹਿਰ ਵਿੱਚ ਕਰਫਿਊ ਦੇ ਚੱਲਦੇ ਆਮ ਜਨਤਾ ਦੇ ਘੁੰਮਣ 'ਤੇ ਬਹੁਤ ਸਖ਼ਤ ਪਾਬੰਦੀ ਹੈ, ਫਿਰ ਵੀ ਲੋਕ ਪ੍ਰਸ਼ਾਸਨ ਦਾ ਸਾਥ ਬਿਲਕੁਲ ਨਹੀਂ ਦੇ ਰਹੇ, ਆਨੇ ਬਹਾਨੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਪੁਲਿਸ ਬਹੁਤ ਜ਼ਿਆਦਾ ਸਖ਼ਤੀ ਕਰ ਰਹੀ ਹੈ, ਪਰ ਫਿਰ ਵੀ ਪੁਲਿਸ ਨੂੰ ਇੰਨਾ ਜ਼ਿਆਦਾ ਗਲੀ ਮੁਹੱਲਿਆਂ ਤੱਕ ਘੁੰਮਣਾ ਬੜਾ ਬਹੁਤ ਔਖਾ ਹੋ ਜਾਂਦਾ ਹੈ ਇਸ ਬਿਮਾਰੀ ਦੇ ਚੱਲਦੇ, ਜੋ ਕਰੋਨਾ ਵਾਇਰਸ ਸਾਰੇ ਵਿਸ਼ਵ ਵਿੱਚ ਪੰਜਾਬ ਵਿੱਚ ਅਤੇ ਛੋਟੇ ਛੋਟੇ ਸ਼ਹਿਰਾਂ ਤੱਕ ਵੀ ਇਸ ਦੇ ਕੇਸ ਆਉਣ ਲੱਗ ਪਏ ਹਨ। ਫਿਰ ਵੀ ਲੋਕ ਇਸ ਗੱਲ ਨੂੰ ਸਮਝ ਨਹੀਂ ਪਾ ਰਹੇ ਹਨ ਕਿ ਸਾਨੂੰ ਵੱਧ ਤੋਂ ਵੱਧ ਘਰਾਂ ਦੇ ਵਿੱਚ ਰਹਿਣਾ ਚਾਹੀਦਾ ਹੈ। ਇਹ ਜੋ ਪੁਲਿਸ ਪ੍ਰਸ਼ਾਸਨ ਨੇ ਤੈਨਾਤ ਕੀਤੀ ਹੈ, ਇਹ ਤੁਹਾਡੀ ਸੁਰੱਖਿਆ ਦੇ ਲਈ ਤੈਨਾਤ ਕੀਤੀ ਹੈ। ਇਸ ਦੇ ਲਈ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਪੁਲਿਸ ਦਾ ਸਹਿਯੋਗ ਦਿਓ ਅਤੇ ਘਰ ਤੋਂ ਵੱਧ ਆਪਣੇ ਘਰਾਂ ਵਿੱਚ ਰਹੋ, ਤਾਂ ਜੋ ਪ੍ਰਸ਼ਾਸਨ ਨੂੰ ਇਸ ਮਹਾਂਮਾਰੀ 'ਤੇ ਕਾਬੂ ਪਾਉਣ ਵਿੱਚ ਮਦਦ ਮਿਲ ਸਕੇ। ਮੈਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਾਰੀ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਪੁਲਿਸ ਦੇ ਲਈ ਤੁਸੀਂ ਮੁਸ਼ਕਲਾਂ ਖੜੀਆਂ ਨਾ ਕਰੋ ਅਤੇ ਆਪਣੇ ਘਰਾਂ ਵਿੱਚ ਰਹੋ ਅਤੇ ਪੁਲਿਸ ਦੀ ਘਰ ਰਹਿ ਕੇ ਵੱਧ ਤੋਂ ਵੱਧ ਮਦਦ ਕਰੋ, ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਅਸੀਂ ਇਹਨਾਂ ਨੂੰ ਪੁੱਛਦੇ ਹਾਂ ਜੋ ਕਰਫਿਊ ਦੇ ਦੌਰਾਨ ਬਾਹਰ ਘੁੰਮਦੇ ਹਨ, ਵੀ ਤੁਸੀਂ ਕੀ ਕਰਨ ਨਿਕਲੇ ਸੀ ਬਾਹਰ? ਅਸੀਂ ਸਿਲੰਡਰ ਭਰਾਉਣ ਨਿਕਲੇ ਹੋਏ। ਸਿਲੰਡਰ ਦੀ ਹੋਮ ਡਿਲੀਵਰੀ ਹੈ, ਉਹਨਾਂ ਨੇ ਤੁਹਾਨੂੰ ਸਾਫ਼ ਦੱਸਿਆ ਹੋਇਆ ਹੈ ਕਿ ਤੁਸੀਂ ਹੈਲਪਲਾਈਨ ਇੱਕ ਉਹਨਾਂ ਨੇ ਹੈਲਪਲਾਈਨ ਨੰਬਰ ਦਿੱਤਾ ਹੋਇਆ ਹੈ, ਉਹੀ ਨੰਬਰ ਲੈਣੇ ਆਏ ਤੇ ਜੀ ਉਹ ਨੰਬਰ ਸਭ ਦੇ ਘਰਾਂ ਵਿੱਚ ਭੇਜ ਦਿੱਤੇ ਗਏ ਹਨ SMS ਦੇ ਨਾਲ, ਉਹ ਘੁੰਮ ਫਿਰ ਕੇ ਤੁਹਾਨੂੰ ਨੰਬਰ ਨਹੀਂ ਮਿਲਣੇ। ਔਰ ਜੇਕਰ ਤੁਸੀਂ ਸਾਰੇ ਘਰਾਂ ਤੋਂ ਬਾਹਰ ਨੰਬਰ ਲੈਣ ਖਾਤਰ ਨਿਕਲੂਗੇ, ਤਾਂ ਜੋ ਇਹ ਮੋਰਿੰਡੇ ਦੀ ਆਬਾਦੀ ਜੋ ਲਗਭਗ 40,000 ਦੇ ਲਗਭਗ ਹੈ, ਇਹ ਸਾਰੀ ਸੜਕਾਂ ਦੇ ਉੱਪਰ ਆ ਜਾਊਗੀ, ਇਹ ਬਿਮਾਰੀ ਵੱਧ ਤੋਂ ਵੱਧ ਫੈਲਣ ਵਿੱਚ ਟਾਈਮ ਨਹੀਂ ਲੱਗੂਗਾ। ਸੋ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਘਰਾਂ ਵਿੱਚ ਰਹੋ ਅਤੇ ਹੈਲਪਲਾਈਨ ਦੇ ਨੰਬਰਾਂ ਪਰ ਹੀ ਸੰਪਰਕ ਕਰੋ, ਘਰਾਂ ਤੋਂ ਬਾਹਰ ਨਾ ਨਿਕਲੋ। ਹਾਂਜੀ, ਤੁਸੀਂ ਦੱਸੋ ਕਿ ਤੁਸੀਂ ਬਾਹਰ ਕਿਉਂ ਨਿਕਲੇ ਸੀ? ਆਏ ਹਾਂ ਵੀ ਦੇਖੋ, ਦਵਾਈ ਦੇ ਲਈ ਤੁਹਾਨੂੰ ਹੈਲਪਲਾਈਨ ਨੰਬਰ ਦਿੱਤੇ ਹੋਏ ਆ, ਉਹਦੇ ਪਰ ਤੁਸੀਂ ਸੰਪਰਕ ਕਰੋ। ਤੁਹਾਡੇ ਕੋਲ ਫੋਨ ਹਨ, ਸਮਾਰਟ ਫੋਨ ਹਨ, ਤੁਸੀਂ ਉਹਨਾਂ ਦੀ ਵਰਤੋਂ ਕਰਕੇ ਆਪਣਾ ਜੋ ਬਿਮਾਰੀ ਹੈ ਇਸ ਨੂੰ ਰੋਕਣ ਦੇ ਵਿੱਚ ਮਦਦ ਕਰੋ, ਠੀਕ ਆ? ਜੇਕਰ ਤੁਸੀਂ ਸੜਕਾਂ ਪਰ ਨਿਕਲੋਗੇ ਤਾਂ ਇਹ ਬਿਮਾਰੀ ਬਹੁਤ ਜ਼ਿਆਦਾ ਫੈਲ ਜਾਵੇਗੀ। ਇਹ ਜੋ ਵਿਅਕਤੀ ਹੈ, ਦੇਖੋ ਇਹ ਫਤਿਹਗੜ੍ਹ ਸਾਹਿਬ ਦੇ ਏਰੀਏ ਤੋਂ ਆਇਆ ਹੈ, ਦੂਸਰੀ ਉਰੇ ਆਪਣੇ ਪੁਲਿਸ ਜੋ ਪ੍ਰਸ਼ਾਸਨ ਵਾਲੇ ਦੱਸ ਰਹੇ ਹਨ ਕਿ ਜੋ ਇਹ ਮੋਟਰਸਾਈਕਲ ਲੈ ਕੇ ਘੁੰਮ ਰਿਹਾ ਹੈ ਉਸਦਾ ਵੀ ਨੰਬਰ ਨਹੀਂ ਹੈ। ਅਜਿਹੀ ਹਾਲਾਤ ਦੇ ਵਿੱਚ ਪੁਲਿਸ ਦੇ ਲਈ ਇਹਨਾਂ 'ਤੇ ਕਾਬੂ ਪਾਉਣਾ ਬਹੁਤ ਹੀ ਚੁਣੌਤੀ ਭਰਿਆ ਕੰਮ ਹੈ। ਜੇਕਰ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਇਹ ਪੁਲਿਸ ਦੀ ਬਹੁਤ ਵੱਡੀ ਜਵਾਬਦੇਹੀ ਬਣ ਜਾਂਦੀ ਹੈ ਕਿ ਇਹ ਬਿਨਾਂ ਨੰਬਰ ਤੋਂ ਕਿਉਂ ਘੁੰਮ ਰਹੇ ਸਨ। ਸੋ ਫਿਰ ਲੋਕ ਕਹਿੰਦੇ ਹਨ ਕਿ ਪੁਲਿਸ ਬਹੁਤ ਜ਼ਿਆਦਾ ਸਖਤੀ ਕਰਦੀ ਹੈ, ਪਰ ਲੋਕ ਜੋ ਗਲਤੀਆਂ ਕਰਦੇ ਹਨ ਉਹਨਾਂ ਨੂੰ ਵੀ ਨਾ ਆਪਣੀਆਂ ਗਲਤੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਲੋਕ ਮਸਲੇ ਚੈਨਲ ਦੇ ਰਾਹੀਂ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਪੁਲਿਸ ਬਹੁਤ ਮੁਸਤੈਦੀ ਦੇ ਨਾਲ ਪਹਿਰਾ ਦੇ ਰਹੀ ਹੈ ਅਤੇ ਮਤਲਬ ਜੋ ਫਾਲਤੂ ਘੁੰਮ ਰਹੇ ਹਨ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਬਹੁਤ ਚੈਕਿੰਗ ਕੀਤੀ ਜਾ ਰਹੀ ਹੈ ਕਿ ਲੋਕ ਸੜਕਾਂ ਦੇ ਉੱਪਰ ਫਾਲਤੂ ਨਾ ਘੁੰਮਣ ਅਤੇ ਆਪਣੇ ਘਰਾਂ ਵਿੱਚ ਹੀ ਰਹਿਣ। ਫਿਰ ਵੀ ਲੋਕ ਕੋਈ ਨਾ ਕੋਈ ਬਹਾਨਾ ਲਾ ਕੇ ਕਈ ਵਾਰ ਘਰਾਂ ਤੋਂ ਬਾਹਰ ਆ ਜਾਂਦੇ ਹਨ। ਆਓ ਆਪਾਂ ਗੱਲ ਕਰਦੇ ਹਾਂ ਕਿ ਇਹ ਜੋ ਇਹ ਕਿਉਂ ਬਾਹਰ ਨਿਕਲੇ ਹਨ। ਇਹਨਾਂ ਦਾ ਕਹਿਣਾ ਹੈ ਕਿ ਇਹ ਬੈਂਕ ਦੇ ਪਤਾ ਕਰਨ ਲਈ ਬਾਹਰ ਆਏ ਸੀ।